ਦੋਸਤੋ ਸੁਣ ਲਾ ਸਾਹ ਚਾਏ ਵਸੀਮ ਭਾਈ ਅਸਲਾਮ ਵਾਲੇਕੁਮ ਦੋਸਤੋ ਮੈਂ ਸਮਾਇਲ ਗਰੁੱਪ 7 ਸੇ ਆਸਿਫ ਔਰ ਉਮੀਦ ਕਰਤਾ ਹੂੰ ਕਿ ਆਪ ਸਭ ਦੋਸਤ ਖੈਰੀਅਤ ਸੇ ਹੋਂਗੇ ਔਰ ਅੱਲਾਹ ਤਾਲਾ ਆਪਕੋ ਖੈਰੀਅਤ ਸੇ ਰੱਖੇ ਦੋਸਤੋ ਆਜ ਕਾ ਵਲੋਗ ਬਸ ਠੰਡ ਮੇਂ ਬਣਾ ਰਹੇ ਹੈ ਤੋ ਵਲੋਗ ਵੀ ਬਸ ਬਾਰਿਸ਼ ਕੇ ਬਾਰੇ ਮੇਂ ਹੈ ਸੁਬਹਾ ਕੀ ਬਾਰਿਸ਼ ਸਟਾਰਟ ਹੋਈ ਹੋਈ ਹੈ ਤਕਰੀਬਨ 9 ਵਜੇ ਕੀ ਔਰ ਅਭੀ ਤੱਕ ਕੁਛ ਚੰਦ ਸੈਕਿੰਡ ਰੁਕਤੀ ਹੈ ਜ਼ਿਆਦਾ ਸੇ ਜ਼ਿਆਦਾ 5-10 ਮਿੰਟ ਔਰ ਉਸਕੇ ਬਾਅਦ ਦੁਬਾਰਾ ਸਟਾਰਟ ਹੋ ਜਾਤੀ ਹੈ ਤੋ ਆਜ ਜਿਸ ਬਿਨਾਹ ਪਰ ਬਣਾ ਰਹੇ ਹੈ ਮੇਨ ਤੋ ਇਹ ਵੀ ਹੈ ਕਿ ਵਲੋਗ ਹਮ ਬਣਾ ਨਹੀਂ ਸਕੇ ਕੱਲ੍ਹ ਵੀ ਕਾਫੀ ਬਾਰਿਸ਼ ਕਾ ਹੀ ਸੂਰਤ ਹਾਲ ਹੀ ਰਹੀ ਹੈ ਸਾਰਾ ਦਿਨ ਕੋਈ ਬਾਰਿਸ਼ ਕਭੀ ਹੋ ਜਾਤੀ ਕਭੀ ਰੁਕ ਜਾਤੀ ਬਸ ਐਸੇ ਸੂਰਤ ਹਾਲ ਰਹੀ ਹੈ ਤੋ ਆਜ ਫਿਰ ਬਸ ਯਹੀ ਥਾ ਚਲੋ ਸੋਚਾ ਹਮਨੇ ਕਿ ਕੋਈ ਔਰ ਨਹੀਂ ਬਣਾ ਸਕਤੇ ਤੋ ਯੇ ਤੋ ਆਪਣੀ ਜੋ ਬੈਠੇ ਹੈ ਜਾਂ ਜੋ ਕੋਈ ਬਾਤੇਂ ਹੈ ਵੋ ਤੋ ਆਪਕੇ ਸਾਥ ਸ਼ੇਅਰ ਕਰੇ ਤੋ ਇਸੀ ਬਿਨਾਹ ਪਰ ਬਸ ਆਜ ਇੱਕ ਤੋ ਇਹ ਟੈਨਸ਼ਨ ਥੋੜ੍ਹੀ ਸੀ ਆਈ ਕਿ ਜੁਮਾ ਘਰ ਮੇਂ ਪੜ੍ਹਨਾ ਪੜਾ ਜੁਮਾ ਤੋ ਕਿਆ ਬਲਕਿ ਜ਼ੋਰ ਕੀ ਨਮਾਜ਼ ਪੜ੍ਹਨੀ ਪੜੀ ਵੋ ਇਸ ਲਈ ਕਿਉਂਕਿ ਬਾਰਿਸ਼ ਕਾਫੀ ਥੀ ਤੋ ਕੋਸ਼ਿਸ਼ ਤੋ ਕੀ ਜਾਣੇ ਕੀ ਸੁਬਹਾ 9 ਵਜੇ ਸਟਾਰਟ ਹੋਈ ਨਾ ਦੋ ਤੋ ਸੁਬਹਾ ਹੀ ਲਿਆ ਥਾ ਤੋ ਉਸਕੇ ਬਾਅਦ ਅਲਹਮਦੁਲਿਲਾ ਮਿਸਵਾ ਕੀ ਉਸਕੇ ਬਾਅਦ ਮਕਸਦ ਜੁਮੇ ਕਾ ਸਾਰਾ ਮਾਹੌਲ ਬਣਾਇਆ ਜੋ ਜੋ ਸੁਣਤੇ ਥੀ ਉਨ ਪਰ ਅਮਲ ਕਰਤੇ ਹੋਏ ਜੁਮੇ ਕੀ ਫੁੱਲ ਨੀਅਤ ਥੀ ਲੇਕਿਨ ਬਸ ਬਾਰਿਸ਼ ਕੀ ਵਜ੍ਹਾ ਸੇ ਘਰ ਹੀ ਬੈਠੇ ਰਹੇ ਇੱਕ ਵਜੇ ਬਾਰਿਸ਼ ਰੁਕ ਗਈ ਥੀ ਤੋ ਫਿਰ ਇੱਧਰ ਦੇ ਘਰ ਸੇ ਨਿਕਲਾ ਤੋ ਥੋੜ੍ਹਾ ਸਾ ਆਗੇ ਗਿਆ ਹੂੰ ਫਿਰ ਵੋ ਬਾਰਿਸ਼ ਕਾਫੀ ਥੋੜ੍ਹੀ ਜਿਹੀ ਤੇਜ਼ ਹੋ ਗਈ ਮਾਰੇ ਪਿੱਛੇ ਘਰ ਹੈ ਉੱਧਰ ਵੋ ਦੂਸਰੀ ਗਲੀ ਮੇਂ ਜਾ ਕੇ ਲੱਗਦਾ ਹੈ ਤੋ ਉਸਕੇ ਬਾਅਦ ਸੋਚਾ ਕਿ ਚਲੋ ਉੱਧਰ ਸੇ ਗੁਜ਼ਰ ਕਰ ਜੁਮਾ ਪੜ੍ਹਨੇ ਚਲਾ ਜਾਊਂਗਾ ਲੇਕਿਨ ਫਿਰ ਵੀ ਨਹੀਂ ਜਾ ਸਕਾ ਤੋ ਬਤਾਨੇ ਕਾ ਵੀ ਮਕਸਦ ਇਹ ਬਸ ਕਿ ਬਸ ਆਜ ਐਸਾ ਦਿਨ ਗੁਜ਼ਰਾ ਇਸ ਲਈ ਬਤਾ ਰਹੇ ਹਾਂ ਕਿ ਰਿਆਕਾਰੀ ਨਹੀਂ ਔਰ ਆਜ ਤਕਰੀਬਨ ਜਬ ਸੇ ਹੋਏ ਸੰਭਾਲੀ ਹੈ ਮੁਝੇ ਲੱਗਦਾ ਹੈ ਕਿ ਮੁਝੇ ਆਜ ਹੀ ਲੱਗਦਾ ਕਿ ਆਜ ਹੀ ਜੁਮਾ ਮਕਸਨਾ ਕਿ ਜੁਮਾ ਰਿਹਾ ਹੋਗਾ ਕਾਫੀ ਟਾਈਮ ਹੋ ਗਿਆ ਜੁਮਾ ਐਸੇ ਘਰ ਮੇਂ ਨਹੀਂ ਪੜਾ ਯਾਨੀ ਕਿ ਜ਼ੋਰ ਕੀ ਨਮਾਜ਼ ਨਹੀਂ ਪੜੀ ਜੁਮੇ ਟਾਈਮ ਲੇਟ ਜ਼ਰੂਰ ਹੋ ਗਏ ਹੋਂਗੇ ਲੇਕਿਨ ਜੁਮਾ ਕਈ ਨਾ ਕਈ ਕਿਸੀ ਮਸਜਿਦ ਮੇਂ ਪੜਾ ਹੈ ਕੈਸੀ ਤਕਰੀਬਨ ਫੀਲਿੰਗ ਥੀ ਬਹੁਤ ਹੀ ਉਦਾਸੀ ਸੀ ਥੀ ਪਹਿਲੇ ਜੁਮਾ ਪੜ੍ਹਨੇ ਮਸਜਿਦ ਮੇਂ ਅਲਹਮਦੁਲਿਲਾ ਹਰ ਜੁਮਾ ਹਰ ਨਮਾਜ਼ ਨਮਾਜ਼ ਮੇਂ ਤੋ ਕਭੀ ਕਭਾਰ ਹੋ ਜਾਤਾ ਹੈ ਕਿ ਕਈ ਘਰ ਮੇਂ ਪੜ੍ਹਨੀ ਪੜੇ ਲੇਕਿਨ ਜੁਮਾ ਅੱਜ ਜੁਮੇ ਕੀ ਜੁਮਾ ਨਹੀਂ ਪੜਾ ਤੋ ਓਨਲੀ ਨਮਾਜ਼ ਹੀ ਘਰ ਮੇਂ ਪੜੀ ਕਿਉਂਕਿ ਘਰ ਮੇਂ ਨਮਾਜ਼ ਹੀ ਹੋਤੀ ਹੈ ਜੁਮਾ ਹੋਤਾ ਹੈ ਮਸਜਿਦ ਮੇਂ ਤੋ ਜੁਮਾ ਵੋ ਖੁਤਬਾ ਹੋਤਾ ਹੈ ਖੁਤਬਾ ਜੋ ਸੁਣਨਾ ਹੋਤਾ ਹੈ ਉਸੇ ਜੁਮਾ ਕਹਤੇ ਹੈ ਤੋ ਅਗਰ ਘਰ ਮੇਂ ਆਪ ਪੜ੍ਹੇਂਗੇ ਅਗਰ ਜੁਮਾ ਆਪਕਾ ਰਹੇਗਾ ਤੋ ਵੋ ਆਪਕੀ ਨਮਾਜ਼ ਹੀ ਫਿਰ ਉਸਕੇ ਬਾਅਦ ਬਈ ਨਮਾਜ਼ ਪੜ੍ਹੀ ਉਸਸੇ ਪਹਿਲੇ ਕੁਰਾਨ ਜਬ ਪਤਾ ਚੱਲ ਗਿਆ ਕਿ ਅਬ ਨਹੀਂ ਮਸਜਿਦ ਮੇਂ ਜਾ ਸਕਤਾ ਐਂਡ 1 ਵਜੇ ਵੀ ਕੋਸ਼ਿਸ਼ ਕੀ ਲੇਕਿਨ ਨਹੀਂ ਜਾ ਸਕਾ ਬਾਰਿਸ਼ ਫਿਰ ਸਟਾਰਟ ਹੋ ਗਈ ਉਸਕੇ ਬਾਅਦ ਫਿਰ ਕਾਫੀ ਸਟਾਰਟ ਰਹੀ 1:20 ਮਿੰਟ ਪਰ ਕੁਛ ਰੁਕੀ ਤੋ ਲੇਕਿਨ ਉਸ ਵਕਤ ਜਾਤੇ ਜਾਤੇ ਫਿਰ ਜੁਮੇ ਕਾ ਟਾਈਮ ਹੋ ਜਾਣਾ ਥਾ ਉਸਕੇ ਬਾਅਦ ਕੁਰਾਨ ਸੂਰਤੁਲ ਕਾਫ ਪੜ੍ਹਨੀ ਥੀ ਅਲਹਮਦੁਲਿਲਾ ਵੋ ਪੜ੍ਹੀ ਔਰ ਸੂਰਤੁਲ ਕਾਫ ਪੜ੍ਹਨ ਮੁਕੰਮਲ ਹੋਤੇ ਹੋਤੇ 1:31 ਮਿੰਟ ਹੋਏ ਤੋ ਉਸਕੇ ਬਾਅਦ ਅਲਹਮਦੁਲਿਲਾ ਫਿਰ ਜ਼ੋਰ ਕੀ ਨਮਾਜ਼ ਪੜ੍ਹੀ ਟੋਟਲ ਰੱਖਤੇ ਤੋ ਉਸਕੇ ਬਾਅਦ ਫੈਸਲ ਭਾਈ ਆ ਗਏ ਇਹ ਮੇਰੇ ਸਾਥ ਹੀ ਬੈਠੇ ਹੈ ਤੋ ਉਸਕੇ ਬਾਅਦ ਵਸੀਮ ਭਾਈ ਆ ਗਏ ਵੋ ਵੀਡੀਓ ਬਣਾ ਰਹੇ ਹੈ ਤੋ ਬਸ ਆਪ ਬੈਠੇ ਹੈ ਤੋ ਇੰਜੋਏ ਕਰ ਰਹੇ ਹੈ ਸਰਦੀ ਕੋ ਤੋ ਸਰਦੀ ਅੱਜ ਤੋ ਦੋਸਤੋ ਬਸ ਅੱਜ ਮੈਂ ਐਸੇ ਇੰਜੋਏ ਕੀਆ ਉਹ ਸ਼ੋਪ ਪੇ ਵੀ ਜਾਣਾ ਥਾ ਵਿਹਾੜੀ ਲੇਕਿਨ ਬਾਰਿਸ਼ ਫਿਰ ਅਭੀ ਜਾਣੇ ਕਾ ਇਰਾਦਾ ਬਣਾਇਆ ਤੋ ਫਿਰ ਬਾਰਿਸ਼ ਸਟਾਰਟ ਤੋ ਅਬ ਇਤਨਾ ਚਿੱਕੜ ਹੈ ਕਿ ਇੱਧਰ ਸੇ ਬਾਈਕ ਨਿਕਾਲਣਾ ਨਾਮੁਮਕਿਨ ਹੈ ਤੋ ਇਸ ਲਈ ਬਸ ਅੱਜ ਨਹੀਂ ਜਾਏਂਗੇ ਸੁਬਹਾ ਹੀ ਜਾਏਂਗੇ ਆਗੇ ਅੱਲਾ ਵਾਰਿਸ ਹੈ ਪਰੇਸ਼ਾਨੀ ਫਿਰ ਐਸੀ ਤਾਂ ਹੋਤੀ ਹੈ ਨਾ ਮੌਸਮ ਇਸ ਤਰ੍ਹਾਂ ਕਾ ਤੋ ਨਹੀਂ ਜਾ ਹੋਣਾ ਸਭ ਦੋਸਤੋ ਚਾਏ ਮੰਗਵਾਈ ਹੈ ਚਾਏ ਬਣਾਈ ਵਸੀਮ ਭਾਈ ਫੈਸਲ ਭਾਈ ਔਰ ਆਪਣੇ ਲਈ ਤੋ ਅੱਲਾ ਇਨਕੀ ਵੀ ਮੁਹੱਬਤ ਕਬੂਲ ਕਰੇ ਯੇ ਆਏ ਹੈ ਮੁਝੇ ਬਹੁਤ ਖੁਸ਼ੀ ਹੋਤੀ ਹੈ ਇਹ ਛੋਟੇ ਭਾਈ ਹੈ ਸਟੂਡੈਂਟ ਹੈ ਤੋ ਮੈਂ ਵੈਸੇ ਵੀ ਇਨਕੀ ਦਿਲ ਸੇ ਹੀ ਕਦਰ ਕਰਤਾ ਹੂੰ ਅੱਲਾ ਜਾਣਤਾ ਹੈ ਤੋ ਬਲਕਿ ਪਹਿਲੇ ਅੱਜ ਰਾਤ ਯੇ ਸੋਨਲਵਾ ਲੈ ਕੇ ਆਏ ਥੇ ਗੋਲਡਨ ਵਾਲੇ ਕੱਲ੍ਹ ਭਾਈ ਆਏ ਥੇ ਇਧਰ ਗੋਲਡਨ ਆਈਸਕ੍ਰੀਮ ਵਾਲੇ ਹਮਾਰੇ ਮਸ਼ਹੂਰ ਵਿਹਾੜੀ ਨੇ ਬਲਕਿ ਇਹ ਦੇਖੇ ਉਨਕਾ ਸਭ ਕੁਛ ਉੱਪਰ ਲਿਖਾ ਹੋਇਆ ਹੈ ਤੋ 1990 ਸੇ ਯੇ ਕਾਮ ਸਟਾਰਟ ਕੀਆ ਤੋ ਉਹਨੇ ਕੋ ਕਾਮ ਥਾ ਮੇਰੇ ਸਾਥ ਵੋ ਕੱਲ੍ਹ ਆਏ ਥੇ ਇਧਰ ਤੋ ਬਲਕਿ ਇਹ ਵੀ ਆਪਕੋ ਇੱਕ ਮੈਸੇਜ ਦੇਣਾ ਥਾ ਕਿ ਵੋ ਉਸ ਵਕਤ ਕੋਈ ਮਿਠਾਈ ਵਗੈਰਾ ਲਾਣਾ ਭੁੱਲ ਗਏ ਤੋ ਉਸਕੇ ਬਾਅਦ ਮਗਰ ਟਾਈਮ ਉਹਨੇ ਮੁਝੇ ਕਾਲ ਕੀ ਕਹਤੇ ਯਾਰ ਹਮ ਕੱਲ੍ਹ ਹਮੇਂ ਬਹੁਤ ਸ਼ਰਮਿੰਦਗੀ ਹੋਈ ਕਿ ਆਪਕੇ ਹਮ ਘਰ ਗਏ ਤੋ ਮਿਠਾਈ ਵਗੈਰਾ ਨਹੀਂ ਲਿਜਾ ਸਕੇ ਤੋ ਮੈਨੇ ਕਿਹਾ ਸਰ ਕੋਈ ਬਾਤ ਨਹੀਂ ਅਬ ਉਹਨੇ ਕਿਹਾ ਕਿ ਅਭੀ ਹਮਾਰੀ ਦੁਕਾਨ ਪੇ ਆਓ ਮੈਂ ਉਧਰ ਹੀ ਥਾ ਵਿਹਾੜੀ ਤੋ ਫਿਰ ਕਹਤੇ ਅਭੀ ਆਪਣੇ ਮਿਠਾਈ ਲੈ ਕੇ ਜਾਣੀ ਔਰ ਘਰ ਜਾ ਕੇ ਦੇਣੀ ਹੈ ਮਾਂ ਜੀ ਕੋ ਯਾਨੀ ਘਰ ਮੇਂ ਲੈ ਕੇ ਜਾਣੀ ਹੈ ਤੋ ਫਿਰ ਉਧਰ ਗਿਆ ਵੀ ਉਹਨੂੰ ਉਹ ਸਪੈਸ਼ਲ ਸਰਦੀਓ ਮੇਂ ਸੋਨਨ ਵਾ ਵੀ ਲਗਾਤੇ ਹੈ ਤੋ ਉਨਕਾ ਖੁਦ ਕਾ ਹੀ ਬਣਾ ਹੋਤਾ ਸੋਨਨ ਵਾ ਜੀ ਟਿੱਕੀਆਂ ਹੋਤੀਆਂ ਅਸੀਂ ਯੇ ਦੋ ਡੱਬੇ ਵੋ ਦੀਏ ਉਹਨੇ ਯੇ ਜੈਸੇ ਯੇ ਬਣਾ ਹੋਇਆ ਯੇ ਵੈਸੇ ਇਸ ਪੇ ਕੀਮਤ 200 ਰੁਪਏ ਲਿਖੀ ਹੈ ਇਤਨੇ ਇਤਨੇ ਇੱਥੇ ਪੈਕਟ ਤਕਰੀਬਨ ਦੋ ਡੱਬੇ ਇੱਥੇ ਦੋ ਡੱਬੋ ਮੇਂ ਕਾਫੀ ਸੀ ਟਿੱਕੀਆਂ ਐਸੀ ਬਣੀ ਹੋਈ ਹੈ ਛੋਟੀ ਟਿੱਕੀ ਵੀ ਹੋਤੀ ਹੈ ਇਸ ਪੇ ਤਕਰੀਬਨ 100 ਰੁਪਏ ਕੀਮਤ ਹੈ
उनकी अल्लाह उनको जजा दे, ये उनका अमल मुझे बहुत अच्छा लगा कि एक बंदा कोई आता है उसे ऐसी फीलिंग होनी कि किसी के घर गए उधर से खाना वगैरह, वो तो कोई नहीं बंदा मेहमान को खिलाता है जैसे खिदमत हो, लेकिन उसके बाद ऐसा उन्होंने रिस्पॉन्स दिया तो उनकी मोहब्बत अल्लाह ने जजा दे। तो मैं सोनल वा खा रहा था तो वसीम भाई को भी मैसेज किया, लेकिन वो कहता मैसेज पहुँचा नहीं, लेकिन वो ख़ुद पहुँच गया इधर। तो उसके बाद मुझे इनकी याद आई तो मैंने इनके लिए स्पेशल फिर सोनल वा वसीम भाई के लिए रखा। उसके बाद फैसल भाई आ गया तो फैसल भाई को भी खिलाया। तो बस आज ऐसा ही दिन है, आप बिरयानी बनवा रहे हैं इंशाल्लाह बिरयानी खाएंगे। तो यही लाइफ है बस, ऐसे शुक्र मेले में टाइम अच्छा पास हो जाए। पहले वो शॉप पे टाइम अच्छा पास हो जाता है या उसके बाद वो घर से निकलते हैं कोई व्लॉग वगैरह बना लेते हैं। तो कल भी बारिश की वजह से नहीं बना सके और आज भी नहीं, तो आप बैठे बैठे थे बस ये बिस्तर देख ले आप बैठे हैं कोई, बस ऐसा ही सारा दिन ऐसे गुजारा। अब असर अब शाम भी हो जानी है थोड़ी देर बाद, तो बस ये शाम के बाद खाना वगैरह खाएंगे, लाइट भी नहीं है तो इसलिए आज वीडियो में भी कलरिंग का भी थोड़ा सा फ़र्क होगा, तो इसलिए बाहर भी नहीं बना, बाहर इसलिए नहीं बना सके क्योंकि बाहर बारिश है। तो आज मल्ला भी सारा चिक्कड़ चिक्कड़ ही है, गुजरना बहुत मुश्किल है, तो बिहाड़ी जाना भी मुश्किल है। बस अब बातें वगैरह करके खा पी कर ही टाइम पास करते हैं, तो ये भी अल्लाह की एक बस रहमत ही है कि इकट्ठे बैठ जाते हैं बंदा है। अगर ऐसा होता नहीं तो सारा दिन काम काम, कभी यहाँ जाना कभी यहाँ, टेंशने। तो ठीक है दोस्तों, अगर आप भी होते आपको चाय भी पिलाते बिरयानी भी खिलाते और सोन हलवा भी, सोन हलवा इनका बहुत ज़बरदस्त है, जब कभी भी आप बिहाड़ी आएँ तो गोल्डन वालों से सोन हलवा ज़रूर खाएं। और इनकी आइसक्रीम स्पेशल मशहूर है और ये है भी गोल्डन आइसक्रीम के नाम से ये मशहूर है बिहाड़ी में, 1990 से माशाल्लाह काम कर रहे हैं और बहुत नेक निजती के साथ और बहुत ही अच्छा इनका मैार है। तो बस लास्ट यही है मैसेज तो आपको यही देना था जुम्मे के बारे में, आज के फीलिंग बहुत उदासी वाली थी, वो इसलिए किया क्योंकि आज बहुत टाइम बाद जुम्मा मस्जिद में जाकर नहीं पढ़ सके। तो ठीक है दोस्तों, आप चाय पीते हैं, चाय हमारी ठंडी होने वाली है और कैमरे क्योंकि अंधेरा काफ़ी है और वीडियो अच्छी नहीं बन रही, तो हम मोबाइल से ही बस लास्ट आपको बस यही कि इस मौसम में अपने दोस्तों को अपने घर वालों को और मकसद के जिस तरह भी खुशी मिल सके ऐसे मामलात करके इस मौसम को एंजॉय करें, और उसके बाद दुआओं में याद रखना, खुश रहें, खुशियां बांटें। अस्सलाम वालेकुम।